buddy ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੰਤੋ ਆਰਾਧਨ ਸਦਾ ਸਦਾ ਸੰਤ ਆਰਾਧਨ ਸਦ ਸਦਾ ਸਬਨ ਕਾ ਬਖਸ਼ਿੰਦਾ ਜੀ ਕੋ ਪਿੰਡ ਜੇ ਨ ਸਾਜਿਆ ਕਾਰ ਕਿਰਪਾ ਦੇਤੀ ਨ ਜਿੰਦਾ ਸੰਤ ਅਰਾਧਨ ਸਦ ਸਦਾ ਸਬਨਾ ਕਾ ਬਖਸ਼ ਦੋ ਜੀ ਕੋ ਪਿੰਡ ਜਿਨ ਸਾਜਿਆ ਕਰ ਕਿਰਪਾ ਦਤੀਨ ਜਿੰਦਾ ਗੁਰ ਸ਼ਬਦੀ ਆ ਰਾਦੀ ਐ ਜਪਿਗਾ ਨਿਰਮਲ ਮੰਤੋ ਕੀਮਤ ਕਹਿਣ ਨਾ ਜਾਈ ਐ ਪਰਮੇਸ਼ਰ ਬੇਅੰਤ ਜਿਸ ਮਨ ਵਸਾ ਨਰਾਇਣ ਸੋ ਕਹੀਗਾ ਭਗਵੰਤ ਜੀ ਕੀ ਲੋਚਾ ਪੂਰੀਆ ਮਿਲਾ ਸੁਆਮੀ ਕੰਤ ਨਾਨਕ ਜੀਵ ਜਪ ਹਰੀ ਦੋਖ ਸਬੇਹੀ ਹੰਤੋ ਦਿਨ ਰਾਤ ਜਿਸਨਾ ਵਿਸਰਾ ਸੋ ਹਰਿਆ ਹੋਵਾ ਜੰਤੋ ਨਾਨਕ ਜੀਵਾ ਜਪ ਹਰੀ ਦੋਖ ਸਬੇਹੀ ਹੰਤੋ ਦਿਨ ਰਾਤ ਜਿਸਨਾ ਵਿਸਰਾ ਸੋ ਹਰਿਆ ਹੋਵਾ ਜੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨ ਧਨ ਸਹਬੇ ਕਮਾਲ ਵਾਲੀਏ ਕੁਲ ਆਲਮ ਰੈਬਰ ਇਕਾਇਨਾਤ ਦਸਹ ਪਾਤਸ਼ਾਹਾਂ ਦੀ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਪਿਆਰਿਓ ਸਹਿਬਾ ਦੀ ਅਪਾਰ ਕਿਰਪਾ ਦੇ ਸਦਕਾ ਪਿਛਲੇ ਦਿਨਾਂ ਤੋਂ ਆਪਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਮੁਖ ਤੋਂ ਉਚਾਰਨ ਕੀਤੀ ਹੋਈ ਬਾਣੀ ਦੈਨ ਰੈਣ ਜੋ ਕਿ ਮਾਜ ਰਾਗ ਦੇ ਅੰਦਰ ਸੁਭਾਏਮਾਨ ਹੈ ਧਨਸ਼ੀਰੀ ਗੁਰੂ ਗ੍ਰੰਥ ਸਾਹਿਬ ਜੀ ਦੇ 136 ਅੰਗ ਦੇ ਉੱਤੇ ਧਨ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ અપਾਰ ਕਿਰਪਾ ਕੀਤੀ ਸੀ ਕਿ ਦੋ ਸ਼ਬਦਾ ਦੀ ਆਪਾਂ ਨੇ ਪਿਛਲੇ ਦਿਨਾਂ ਦੇ ਵਿੱਚ ਵਿਚਾਰ ਕੀਤੀ ਸੀ ਆਓ ਜੋ ਇਸ ਬਾਣੀ ਦਾ ਅਜ ਤੀਜਾ ਸ਼ਬਦ ਹੈ ਉਸ ਤੀਜੇ ਸ਼ਬਦ ਦੀ ਵਿਚਾਰ ਕਰਨੀ ਹੈ ਤੇ ਸਤਿਗੁਰ ਜੀ ਦੇ ਚਰਨਾਂ 'ਚ ਇਹ ਅਰਦਾਸ ਕਰਿਓ ਕਿ ਮਾਲਕ ਜੀਓ ਕਿਰਪਾ ਕਰਕੇ ਬਖਸ਼ਿਸ਼ ਕਰਕੇ ਸਿਰ ਤੇ ਮਿਹਰ ਪਰੇ ਹੱਥ ਰੱਖਣਾ ਬਾਣੀ ਦੀ ਵਿਚਾਰ ਕਰਨ ਦੀ ਅਤੇ ਵਿਚਾਰ ਨੂੰ ਸੁਣਨ ਦਾ ਬਲੋਦਮ ਬਖਸ਼ਣਾ ਸਤਿਗੁਰ ਜੀਓ ਤਾਂ ਕਿ ਇੱਕ ਇੱਕ ਸ਼ਬਦ ਸਾਡੇ ਹਿਰਦੇ ਦੇ ਅੰਦਰ ਵਸ ਜਾਏ ਤੇ ਮੇਰੇ ਮਾਲਕ ਤੂੰ ਸਾਡੇ ਤੇ ਤਰਸ ਕਰੇ ਤੇ ਸਾਡਾ ਵੀ ਇਹ ਲੋਕ ਸੁਖੀ ਗੇ ਪਰਲੋਕ ਸੁਹੇਲੇ ਹੋ ਸਕਣ ਆਓ ਅੱਜ ਦੀ ਵਿਚਾਰ ਆਰੰਭ ਕਰੀਏ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੇ ਚਰਨਾਂ ਚ ਲਵਾਓ ਹਾਜ਼ਰੀ ਪਿਆਰ ਤੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਦੇ ਅੰਦਰ ਯਾਦ ਰੱਖਿਓ ਬڑے ਲੋਕ ਸਾਨੂੰ ਮਿਲਣਗੇ ਜਿਹੜੇ ਸਾਡੇ ਨਾਲ ਵਾਅਦਾ ਕਰਦੇ ਨੇ ਇਸ ਗੱਲ ਦਾ ਸਾਨੂੰ ਭਰੋਸਾ ਦਿਵਾਉਂਦੇ ਨੇ ਕਿ ਅਸੀਂ ਹਰ ਸਮੇਂ ਤੁਹਾਡੇ ਨਾਲ ਖੜੇ ਹਾਂ ਹਰ ਸਮੇਂ ਅਸੀਂ ਤੁਹਾਡੇ ਨਾਲ ਮੁੱਢੇ ਨਾਲ ਮੁੱਢਾ ਜੋੜ ਕੇ ਖੜਾਂਗੇ ਤੂੰ ਮੇਰਾ ਮਿੱਤਰ ਹਾਂ ਮੈਂ ਤੇਰਾ ਮਿੱਤਰ ਹਾਂ ਤੂੰ ਮੇਰਾ ਭਰਾ ਆ ਮੈਂ ਤੇਰਾ ਭਰਾ ਆ ਅਸੀਂ ਬੋਲ ਦ ਸਾਰੇ ਰਿਸ਼ਤੇ ਅਸੀਂ ਦੁਨੀਆਂ ਦੇ ਅੰਦਰ ਦੇਖਦੇ ਆ ਜਿਨ੍ਹਾਂ ਨੂੰ ਅਸੀਂ ਆਪਣੇ ਮੰਨ ਲਏ ਨੇ ਅਸੀਂ ਸੋਚਦੇ ਆ ਕਿ ਇਹ ਦੁਨੀਆਂ ਦੇ ਅੰਦਰ ਸਾਡੇ ਨਾਲ ਖੜਨ ਵਾਲਾ ਇੱਕੋ ਇੱਕ ਇਹ ਇਨਸਾਨ ਹੈ ਪਰ ਯਾਦ ਰੱਖਿਓ ਭਲਿਓ ਜਦੋਂ ਕਿਤੇ ਸਾਡੇ ਤੋਂ ਥੋੜੀ ਜੀ ਗਲਤੀ ਹੋ ਜਵੇ ਕੋਈ ਉਸ ਮਿੱਤਰ ਦੇ ਖਿਲਾਫ ਕੋਈ ਅਪ ਸ਼ਬਦ ਬੋਲਿਆ ਜਾਏ ਜਾਫਰ ਗੁਰਬਾਨੀ ਦਾ ਇੱਕ ਫੈਸਲਾ ਇਹ ਵੀ ਹੈ ਕਿ ਜਦੋਂ ਉਹਦੀਆਂ ਲੋੜਾਂ ਪੂਰੀਆਂ ਹੋ ਰੀਆਂ ਨੇ ਉਹ ਸਾਡੇ ਨਾਲ ਖੜ ਗਿਆ ਜਿਸ ਦਿਨ ਅਸੀਂ ਉਹਦੀ ਲੋੜ ਪੂਰੀ ਨਾ ਕੀਤੀ ਤੇ ਯਾਦ ਰੱਖਿਓ ਉਹੀ ਬੰਦਾ ਸਾਡਾ ਸਭ ਤੋਂ ਵੱਡਾ ਦੁਸ਼ਮਣ ਬਣ ਜਾਂਦਾ ਜਿਹੜਾ ਸਾਡਾ ਸਭ ਤੋਂ ਵੱਡਾ ਮਿੱਤਰ ਹੁੰਦਾ ਸੀਗਾ ਉਹੀ ਦੁਸ਼ਮਣ ਬਣ ਗਿਆ ਗੁਰਬਾਨੀ ਦਾ ਫੈਸਲਾ ਕਿ ਜਿੱਤ ਦਿਨ ਕਸ਼ੂ ਨਾ ਹੋ ਬਈ ਤੇ ਤ ਦਿਨ ਬੋਲਣ ਗੰਦ ਜਿਹੜੇ ਲੋਕ ਸਾਡੀਆਂ ਤਾਫ਼ਾਂ ਦੇ ਪੁੱਲ ਬਣਦੇ ਸੀ ਨਾ ਕਿ ਭਾਈ ਇਹ ਬੰਦਾ ਬੜਾ ਚੰਗਾ ਆ ਇਹ ਬੰਦਾ ਬੜਾ ਕਮਾਲ ਦਾ ਆ ਰੱਬ ਰੂਪ ਹੈ ਜਿੱਦਣ ਤੁਸੀਂ ਉਹਨਾਂ ਨੂੰ ਕਿਸੇ ਕੰਮ ਤੋਂ ਮਨਾ ਕਰ ਦਿੱਤਾ ਤੇ ਉਦੋਂ ਉਹੀ ਲੋਕ ਜ਼ੁਬਾਨ ਤੋਂ ਭਲਿਓ ਯਾਦ ਰੱਖ ਸਾਡੇ ਲਈ ਗਲਤ ਸ਼ਬਦ ਦੀ ਵਰਤੋਂ ਕਰਨ ਲੱਗ ਜਾਂਦੇ ਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੱਜ ਇਹੀ ਸਾਡੇ ਤੇ ਬਖਸ਼ਿਸ਼ ਕੀਤੀ ਹੈ ਕਹਿੰਦੇ ਨਾ ਭਲਿਆ ਤੂੰ ਦੁਨੀਆ ਦੇ ਮਗਰ ਨਾ ਲੱਗ ਤੂੰ ਦੁਨੀਆ ਤੇ ਇਹ ਭਰੋਸਾ ਨਾ ਰੱਖ ਕਿ ਇਹ ਦੁਨੀਆ ਮੇਰੇ ਪਰ ਦੇ ਟਕੇਗੀ ਇਹ ਦੁਨੀਆ ਮੇਰਾ ਦੁੱਖ ਦੂਰ ਕਰੇਗੀ ਇਹ ਦੁਨੀਆ ਦੇ ਕੋਲ ਬਹਿ ਕੇ ਮੈਨੂੰ ਸੁੱਖ ਚੈਨ ਮਿਲੇਗਾ ਆ ਮੈਂ ਤੈਨੂੰ ਦੱਸਣ ਕਿ ਦੀ ਆਰਾਧਨਾ ਕਰਨੀ ਹੈ ਤੇ ਜੀ ਦੀ ਆਰਾਧਨਾ ਬਾਰੇ ਮੈਂ ਤੈਨੂੰ ਦੱਸ ਰਿਹਾ ਨਾ ਪੁੱਤਰ ਤੇ ਯਾਦ ਰੱਖੀ ਜਦੋਂ ਉਹਦੀ ਆਰਾਧਨਾ ਕਰੇਗਾ ਤੇ ਹਰ ਥਾਂ ਤੇ ਤੈਨੂੰ ਉਹ ਬਖਸ਼ੇਗਾ ਤੇ ਨਲੇ ਮੋਢੇ ਨਾਲ ਮੋਢਾ ਜੋੜ ਕੇ ਤੇਰੇ ਨਾਲ ਖੜੇਗਾ ਹਰ ਥਾਂ ਤੇ ਤੇਰੀ ਮਦਦ ਕਰੇਗਾ ਹਰ ਥਾਂ ਤੇਰੇ ਨਾਲ ਖੜੇਗਾ ਉਹ ਸਤਿਗੁਰ ਜੀ ਨੇ ਅੱਜ ਬਖਸ਼ਿਸ਼ ਕੀਤੀ ਹੈ ਮਾਲਕ ਜੀ ਕਹਿੰਦੇ ਕਿ ਸੰਤ ਆਰਾਧਨ ਸਦ ਸਦਾ ਸਬਨਾ ਕਾ ਬਖਸ਼ਿੰਦਾ ਕਹਿੰਦੇ ਹੈ ਭਾਈ ਉਸ ਵਾਏ ਗੁਰੂ ਦੀ ਹੈ ਸੰਤ ਜਨੋ ਆਰਾਧਨਾ ਕਰੋ हे संतजनो उस वाहे गुरु दा सिमरन करो उस वाहे गुरु दी आराधना करो उस वाहे गुरु दा सिमरन करो जेड़ा वाहे गुरु सबना नु बख्शण वाला है सबना ते बख्शिंद करन वाला है सब नु माफ करन वाला है अस्सी किते ना किते ना गुरु ग्रंथ साहिब दे अंदर ए शब्द पढदे है तुसी भी सुनया होना कि एक पिता एक सके हम बारिक तू मेरा ਗੁਰHAI ਅਸੀਂ ਤੇਰੇ ਬੱਚੇ ਆ ਤੇ ਤੂੰ ਸਾਡਾ ਪਿਤਾ ਆ ਤੇ ਯਾਦ ਰੱਖੋ ਪਿਤਾ ਦੁਨੀਆਂ ਦੇ ਅੰਦਰ ਭਲਿਓ ਆਪਣੇ ਬੱਚੇ ਦੇ ਸਾਰੇ ਜਿਹੜੇ ਕੀ ਅਬ ਗੁਨਾਹ ਮਾਫ ਕਰ ਦਿੰਦਾ ਆ ਦੁਨੀਆਂ ਦੇ ਅੰਦਰ ਇੱਕ ਸੱਚ ਹੈ ਮਾਲਕ ਜੀ ਨੇ ਭਲਿਓ ਅੱਜ ਸਾਨੂੰ ਇਹੀ ਆਖਿਆ ਕਿਵੇਂ ਉਸ ਪਿਤਾ ਦੀ ਅਰਦਾਸਨਾ ਕਰ ਉਸ ਪਿਤਾ ਨੂੰ ਧਿਆ ਉਸ ਪਿਤਾ ਨੂੰ ਯਾਦ ਕਰ ਜਦੋਂ ਗੁਰੂ ਗ੍ਰੰਥ ਸਾਹਿਬਨ ਤੁਸੀਂ ਪੜੋਗੇ ਨਾ ਤੇ ਮਾਲਕ ਨੇ ਪਤਾ ਕੀ ਆਖਿਆ ਸਤਗੁਰੂ ਜੀ ਆਖਦੇ ਨੇ ਕਿ ਭਲਿਓ ਦੇਖੋ ਦੁਨੀਆ ਦੇ ਲੋਕੋ ਜੈਸੇ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੈ ਕਰ ਉਪਦੇਸ਼ ਝਿੜਕੇ ਬਹੁ ਭੰਤੀ ਬਹੁੜ ਪਿਤਾ ਗਲ ਲਾਵੈ ਪਿਛਲੇ ਆਗੁਣ ਬਖਸ਼ ਲਏ ਪ੍ਰਭ ਅੱਗੇ ਮਾਰਗ ਪਾਵੇ ਪਿਤਾ ਇੱਕ ਐਸਾ ਆ ਗੁਰੂ ਪਿਤਾ ਇੱਕ ਐਸਾ ਜਦੋਂ ਉਹਦੀ ਅਰਦਾਨਾ ਕਰੋਗੇ ਤੇ ਯਾਦ ਰੱਖਿਓ ਪਿਛਲੇ ਅਪਗੁਨਾ ਨੂੰ ਬਖਸ਼ ਦਿੰਦਾ ਆ ਤੇ ਅੱਗੇ ਤੇ ਆਪਣੇ ਨਾਲ ਲਾ ਕੇ ਸੀਨੇ ਭਲਿਓ ਅਗਾਹ ਸਾਨੂੰ ਚੰਗਾ ਰਸਤਾ ਦਿਖਾਉਂਦਾ ਆ ਇਹ ਹੈ ਗੁਰੂ ਵਰਦਨ ਦੇ ਪਾਸ ਕਰਨ ਹੇ ਸੰਤ ਜਨੋ ਐਸੇ ਮਾਲਕ ਦੀ ਅਰਦਾਨਾ ਕਰੋ ਜਿਹੜਾ ਸਭਨਾਂ ਨੂੰ ਬਖਸ਼ ਦਿੰਦਾ ਆ ਜੋ ਸਭਨਾਂ ਨੂੰ ਭਲਿਓ ਮਾਫ਼ ਕਰ ਦਿੰਦਾ ਆ ਪਤਾ ਨਹੀਂ ਕਿੰਨੀਆਂ ਕੋ ਗਲਤੀਆਂ ਅਸੀਂ ਇੱਕ ਦਿਨ ਚ ਕਰਦੇ ਆ ਕੁਝ ਐਸੀਆਂ ਗਲਤੀਆਂ ਜਿਹੜੀ ਜਾਗ ਜਹਰ ਹੁੰਦੀਆਂ ਨੇ ਕੁਝ ਐਸੀਆਂ ਗਲਤੀਆਂ ਜਿਹੜੀਆਂ ਅੰਦਰ ਅਸੀਂ ਲੁਕੋ ਕੇ ਰੱਖਦੇ ਆ ਪਰ ਯਾਦ ਰੱਖਿਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਤੇ ਜਿਹੜਾ ਮਾਲਕ ਸਾਡੇ ਅੰਦਰ ਨੂੰ ਵੀ ਜਾਣਦਾ ਆ ਜਦੋਂ ਅਸੀਂ ਉਸ ਗੁਰੂ ਗ੍ਰੰਥ ਸਾਹਿਬ ਮਾਲਕ ਦੇ ਦਰ ਤੇ ਆਉਂਦੇ ਆ ਉਹ ਕਦੇ ਨਹੀਂ ਕਹਿੰਦਾ ਕਿ ਭਾਈ ਇਹਨੂੰ ਮੈਂ ਆਪਣੇ ਕੋਲ ਨਹੀਂ ਬਿਠਾਉਣਾ ਉਹ ਫੇਰ ਸਾਡੇ ਅਵਗੁਣਾ ਤੇ ਪਰਦੇ ਪਾਕ ਸੰੂਆ ਆਪਣੇ ਕੋਲ ਬਿਠਾ ਲੈਂਦਾ ਆ ਇਹ ਬਖਸ਼ਿੰਦ ਹੈ ਇਹ ਪ੍ਰਮਾਤਮਾ ਵਾਏ ਗੁਰੂ ਬਖਸ਼ਿਸ਼ ਕਰਨ ਵਾਲਾ ਆ ਸਾਡੇ ਅਵਗੁਣਾ ਨੂੰ ਮਾਫ ਕਰਨ ਵਾਲਾ ਆ ਤਾਹੀ ਗੁਰਬਾਣੀ ਦਾ ਇੱਕ ਤੁਸੀਂ ਫੈਸਲਾ ਪੜ੍ਹਦੇ ਹੋ ਕੀ ਹੈ ਜੀ ਕਹਿੰਦੇ ਪ੍ਰੇਮ ਪਟੋਲਾ ਤੈ ਸਹਿ ਦਿੱਤਾ ਟੱਕਣ ਕੂਪਤ ਮੇਰੀ ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾਹਰ ਨਾ ਜਾਣਾ ਤੇਰੀ ਮਾਲਕ ਜੀ ਤੇਰੀ ਸਾਰ ਨਹੀਂ ਜਾਣ ਸਕਦੇ ਤੂੰ ਬੜੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ ਬੜੀਆਂ ਸਤਗੁਰ ਜੀ ਸਾਡੇ ਤੇ ਤੂੰ ਤਰਸ ਕਰਨ ਵਾਲਾ ਹੈ ਬਹੁਤ ਸਤਗੁਰ ਜੀ ਤੂੰ ਮਿਹਰਮਤ ਕਰਨ ਵਾਲਾ ਹੈ ਤੇ ਸਤਗੁਰ ਨੇ ਅੱਗੇ ਅੱਜ ਕਿਰਪਾ ਕੀਤੀ ਜੀ ਕਹਿੰਦੇ ਜੀਓ ਪਿੰਡ ਜਿਨ ਸਾਜਿਆ ਕਰ ਕਿਰਪਾ ਦਤੀਨ ਜਿੰਦਾ ਜਿੜੇ ਪ੍ਰਮਾਤਮਾ ਵਾਹਿਗੁਰੂ ਨੇ ਅਸਰੀਰ ਸਾਜਿਆ ਜੀ ਕੋ ਪਾਇ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਨ ਮਾਲਕ ਜੀ ਨੇ ਸਾਨੂੰ ਇਹ ਜੀਵਨ ਦਿੱਤਾ ਹੈ ਇਸ ਸਤਗੁਰ ਨੇ ਸਾਨੂੰ ਸਰੀਰ ਦਿੱਤਾ ਤੇ ਇਸ ਸਰੀਰ ਨੂੰ ਸਾਜ ਕੇ ਇਹਦੇ ਵਿੱਚ ਜਿੰਦ ਰੱਖੀ ਹੈ ਇਹਦੇ ਵਿੱਚ ਜਿੰਦ ਮਾਲਕ ਨੇ ਟਿਕਾ ਦਿੱਤੀ ਹੈ ਦੇਖੋ ਸਤਗੁਰ ਜੀ ਨੇ ਕਿੰਨਾ ਸੋਹਣਾ ਇਹ ਸਰੀਰ ਸਾਜਿਆ ਤੇ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਭੱਲੂ ਵਸੇ ਬੱਚੇ ਨੂੰ ਆਖਦੇ ਆ ਨਾ ਜਦੋਂ ਬੱਚੇ ਨੂੰ ਸਾਡੇ ਨੂੰ ਕੋਈ ਚਾਕਲੇਟ ਪਕੜਾ ਦਿੰਦਾ ਹੈ ਕੁਈ ਟੌਫੀ ਪਕੜਾ ਦਿੰਦਾ ਅਸੀਂ ਆਖਦੇ ਆ ਕਿ ਬੇਟਾ ਜਿਨ੍ਹਾਂ ਨੇ ਤੈਨੂੰ ਚਾਕਲੇਟ ਟੌਫੀ ਦਿੱਤੀ ਹੈ ਤੋ ਉਹਨੂੰ ਥੈਂਕ ਯੂ ਬੋਲ ਦੇ ਤੇ ਮੈਂ ਸੋਚਦਾ ਹੁੰਦਾ ਕਿ ਬੱਚਾ ਕਿੰਨਾ ਚੰਗਾ ਆ ਬੱਚੇ ਨੇ ਥੈਂਕ ਯੂ ਬੋਲਿਆ ਇੱਕ ਚਾਕਲੇਟ ਦੇਣ ਵਾਲੇ ਨੂੰ ਇੱਕ ਟੌਫੀ ਦੇਣ ਵਾਲੇ ਨੂੰ ਪਰ ਜਿਨੇ ਸਾਨੂੰ ਇਹ ਸਰੀਰ ਬਖਸ਼ਿਆ ਜਿਹਨੇ ਸਭ ਤੋਂ ਵੱਡਾ ਸਾਡੇ ਤੇ ਤਰਸ ਕੀਤਾ ਸਾਨੂੰ ਮਨੁੱਖਾ ਦੇਹੀ ਦਿੱਤੀ ਐ ਜਿਹਨੇ ਸਾਡੇ ਤੇ ਤਰਸ ਕੀਤਾ ਸਾਨੂੰ ਦੇਹ ਰੋਕਤਾ ਬਖਸ਼ੀ ਐ ਤੇ ਭੱਲਿਓ ਅਸੀਂ ਐਡੇ ਨਾ ਸ਼ੁਕਰਿਆ ਅਸੀਂ ਐਡੇ ਅਕਿਰਤ ਘਣੈ ਅਸੀਂ ਕਦੇ ਵੀ ਉਹਦਾ ਸ਼ੁਕਰਾਨਾ ਨਹੀਂ ਕੀਤਾ ਗੁਰੂ ਅਰਜਨ ਦੇਵ ਪਾਸਾ ਕਹਿੰਦੇ ਹੈ ਸੰਤ ਜਨੋ ਆਓ ਉਹਦੀ ਅਰਦਾਸ ਨਾ ਕਰੋ ਜਿਹੜਾ ਬਖਸ਼ਿੰਦ ਹੈ ਉਹ ਵਡਾ ਬਖਸ਼ਿੰਦਾ ਕਿ ਸਾਨੂੰ ਉਹਨੇ ਇਹ ਜੀ ਦਿੱਤਾ ਹੈ ਇਹ ਪਿੰਡ ਦਿੱਤਾ ਆ ਤੇ ਭਲਿਓ ਇਸ ਪਿੰਡ ਦੇ ਵਿੱਚ ਉਹਨੇ ਜਿੰਦ ਟਕਾ ਦਿੱਤੀ ਗਾ ਤੇ ਇਹਦੇ ਬਦਲੇ ਉਹਨੇ ਲਿੱਤਾ ਕੁਝ ਨਹੀਂ ਗਾ ਉਹਨੇ ਸਾਡੇ ਕੋਲੋਂ ਕੋਈ ਭੇਟਾ ਨਹੀਂ ਲਈਤੀ ਸਾਡੇ ਕੋਲੋਂ ਕੋਈ ਪੈਸਾ ਨਹੀਂ ਲਿੱਤਾ ਸਭ ਕੁਝ ਸਾਨੂੰ ਫ੍ਰੀ ਦਿੱਤਾ ਆ ਐਡਾ ਬਖਸ਼ਿਸ਼ ਕਰਨ ਵਾਲਾ ਮੇਰਾ ਮਾਲਕ ਵਾਹਿਗੁਰੂ ਅਸੀਂ ਕਿਉਂ ਨਹੀਂ ਉਹਦੀ ਰੱਦ ਨਾ ਕਰਦੇ ਅਸੀਂ ਕਿਉਂ ਨਹੀਂ ਉਹਦਾ ਸਿਮਰਨ ਕਰਦੇ ਅਸੀਂ ਕਿਉਂ ਨਹੀਂ ਉਹਨੂੰ ਯਾਦ ਕਰਦੇ ਸਤਿਗੁਰੂ ਜੀ ਆਖਦੇ ਨੇ ਕਿ ਭਾਈ ਜੀਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਤīn ਜਿੰਦਾ ਗੁਰ ਸ਼ਬਦੀ ਆਰਾਧੀਆ ਜਪਿਗੇ ਨਿਰਮਲ ਮੰਤੋ ਗੁਰੂ ਦਾ ਸ਼ਬਦ ਅਰਾਧਨਾ ਤੇ ਉਹ ਨਿਰਮਲ ਮੰਤਰ ਨੂੰ ਆਰਾਧ ਉਕਿ ਜਤੋ ਗੁਰਬਾਣੀ ਨੂੰ ਤੁਸੀਂ ਪੜ੍ਹਦੇ ਹੋ ਨਾ ਜੀ ਗੁਰਬਾਣੀ ਨਿਰਮਲ ਹੈ ਗੁਰਬਾਣੀ ਪ੍ਰਮਾਤਮਾ ਦਾ ਰੂਪ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨੇ ਪ੍ਰਤੱਖ ਗੁਰੂ ਨਿਸਤਾਰੇ ਇਹ ਚੀਜ਼ ਹੈ ਗੁਰਬਾਣੀ ਗੁਰਬਾਣੀ ਕੀ ਚੀਜ਼ ਹੈ ਜੀ ਨਿਰਮਲ ਔਰ ਜਿਹੜਾ ਗੁਰਬਾਣੀ ਨਾਲ ਜੁੜੇਗਾ ਗੁਰਬਾਣੀ ਦੇ ਸ਼ਬਦਾਂ ਨਾਲ ਜੁੜੇਗਾ ਉਹ ਆਪ ਵੀ ਕੀ ਹੋਏਗਾ ਜੀ ਨਿਰਮਲ ਉਹਦੇ ਵੀ ਅੰਦਰ ਤੇ ਮੈਲ ਉਤਰ ਜਾਏਗੀ ਧੋਤੀ ਜਾਏਗੀ ਗੁਰਬਾਣੀ ਦਾ ਫੈਸਲਾ ਗੁਣਗਾਵਤ ਤੇਰੀ ਉਤਰ ਸਮੈਲ ਜਦਾ ਜ ਤੁਸੀਂ ਪੜਦੇ ਹੋ ਕਿ ਭਰੀ ਗਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਖੇ ਮੂਤ ਪਲਿੱਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ ਭਰੀ ਗਾ ਮਤ ਪਾਪਾ ਕੈ ਸੰਗ ਉਹ ਢੋਪਾ ਨਾਵਾ ਕੈ ਰੰਗ ਗੁਰਬਾਣੀ ਤਾਂ ਅੰਦਰੋਂ ਸਾਫ਼ ਕਰਨ ਵਾਲੀ ਹੈ ਨਾ ਤੇ ਮੇਰੇ ਮਾਲਕ ਜੀ ਕਹਿੰਨੇ ਗੁਰ ਸ਼ਬਦੀ ਆਰਾਧੀ ਹੈ ਗੁਰੂ ਦੇ ਸ਼ਬਦ ਦੇ ਰਾਹੀ ਉਸ ਪ੍ਰਮਾਤਮਾ ਨੂੰ ਆਰਾਧ ਪ੍ਰਮਾਤਮਾ ਦੀ ਬੰਦਗੀ ਕਰ ਗੁਰੂ ਦਾ ਸ਼ਬਦ ਜਪ ਗੁਰੂ ਕੇ ਸ਼ਬਦ ਦਾ ਧਿਆਨ ਧਰ ਗੁਰੂ ਦਾ ਸ਼ਬਦ ਹਿਰਦੇ ਦੇ ਅੰਦਰ ਵਸਾ ਜਪੀਏ ਨਿਰਮਲ ਮੰਤ ਬਾਣੀ ਸਾਰੀ ਹੀ ਇੱਕ ਮੰਤਰ ਹੈ ਭਲਿਆ ਤੂੰ ਸਬਾਣੀ ਨੂੰ ਪੜ ਲੈ ਤੇ ਮੈਂ ਸਮਝਾਂਗਾ ਸਤਿਗੁਰ ਕਹਿੰਦੇ ਕਿ ਤੂੰ ਗੁਰਬਾਣੀ ਦੇ ਮੰਤਰ ਦਾ ਜਾਪ ਕਰ ਰਿਹਾ ਆ ਤੇ ਸਤਿਗੁਰ ਕਹਿੰਦੇ ਜਦੋਂ ਬਾਣੀ ਕੇ ਮੰਤਰ ਦਾ ਜਾਪ ਕਰੇਗਾ ਬਾਣੀ ਨਿਰਮਲ ਹੈ ਤੇ ਜਿਹੜੀ ਬਾਣੀ ਨਿਰਮਲ ਹੈ ਤੇ ਉਹ ਤੈਨੂੰ ਵੀ ਨਿਰਮਲ ਕਰ ਦੇਗੀ ਜਿਹੜੀ ਅਣੀ ਮੈਲ ਤੋਂ ਰਹਿਤ ਹੈ ਉਹ ਤੈਨੂੰ ਵੀ ਮੈਲ ਤੋਂ ਰਹਿਤ ਕਰ ਦੇਗੀ ਸਤਿਗੁਰ ਕਹਿੰਦੇ ਆਹ ਚੀਜ਼ ਤੂੰ ਇੱਥੇ ਆ ਕੇ ਸਿੱਖਣੀ ਸੀ ਹੁਣ ਇੱਕ ਛੋਟੀ ਜੀ ਗੱਲ ਹੋਰ ਸੁਣਿਓ ਅਸੀਂ ਭਾਈ ਗੁਰਦਾਸ ਜੀ ਨੂੰ ਪੜਦੇ ਆ ਤੇ ਭਾਈ ਗੁਰਦਾਸ ਜੀ ਨੇ ਆਖਿਆ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਠੀਕ ਹੈ ਕੋਈ ਵਾਹਿਗੁਰੂ ਦੇ ਮੰਤਰ ਦਾ ਜਾਪ ਕਰਦਾ ਨਾ ਗੁਰਮੰਤਰ ਦਾ ਜਾਪ ਕਰਦਾ ਕੋਈ ਵਾਹਿਗੁਰੂ 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 ਕਹਿ ਰਿਹਾ ਉਹ ਮਾੜਾ ਨਹੀਂ ਹੈ ਜੋ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ ਤੇ ਅੰਦਰੋਂ ਉਹਦਾ ਧੁੱਤਾ ਜਾ ਰਿਹਾ ਅੰਦਰੋਂ ਦਾ ਸਾਫ਼ ਹੋ ਰਿਹਾ ਪਰ ਨਾਲ ਦੀ ਨਾਲ ਵਾਹਿਗੁਰੂ ਦੇ ਮੰਤਰ ਦੇ ਨਾਂ ਨਾਲ ਭਲਿਓ ਬਾਣੀ ਦੀ ਵਿਚਾਰ ਕਰਨਾ ਵੀ ਇੱਕ ਮੰਤਰ ਹੈ ਗੁਰਬਾਣੀ ਨੂੰ ਸਮਝਣਾ ਵੀ ਇੱਕ ਮੰਤਰ ਹੈ ਗੁਰਬਾਣੀ ਨੂੰ ਹਿਰਦੇ ਵਿੱਚ ਵਸੋਣਾ ਵੀ ਇੱਕ ਮੰਤਰ ਹੈ ਸਤਗੁਰ ਜੀ ਨੇ ਕਿਰਪਾ ਕੀਤੀ ਕਹਿੰਦੇ ਗੌਰ ਸ਼ਬਦ ਦੀ ਆਰਾਧਿ ਗਇ ਜੱਪੀ ਗੇ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਐ ਪਰਮੇਸ਼ਰ ਬੇਅੰਤ ਕਨਹੇ ਪਰਮਾਤਮਾ ਵਾਹਿਗੁਰੂ ਤੇਰੀ ਕੀਮਤ ਨਹੀਂ ਦੱਸੀ ਜਾ ਸਕਦੀ ਤੇਰੀ ਕੀਮਤ ਨਹੀਂ ਪਾਈ ਜਾ ਸਕਦੀ ਤੂੰ ਮੇਰੇ ਮਾਲਕ ਜੀ ਪਰਮੇਸ਼ਰ ਬੇਅੰਤ ਤੂੰ ਬੇਅੰਤ ਹੈ ਨਾ ਕੋਈ ਐਸੀ ਦੁਨੀਆ ਚ ਪੱਲੋ ਯਾਦ ਰੱਖਿਓ ਪੇਪਰ ਬਣਿਆ ਜਿਹਦੇ ਪਰ ਤੂੰ ਪਰਮਾਤਮਾ ਜੀ ਉਸ ਲਿਖ ਲਿਖ ਸਕਦਾ ਹੈ ਨਾ ਦੁਨੀਆਂ 'ਚ ਐਸੀ ਕੋਈ ਕਲਮ ਨਹੀਂ ਹੈ ਜਿਦੇ ਨਾਲ ਤੂੰ ਇਹ ਲਿਖ ਸਕਦਾ ਹੈ ਇਹ ਪ੍ਰਮਾਤਮਾ ਵਾਹਿਗੁਰੂ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਵਰਣ ਨਾ ਸਾਕੋ ਤੂੰ ਠਾਕੁਰੂ ਜਪ ભગવાન ਕਿੱਥੇ ਤੇਰੀ ਕੀਮਤ ਪਾਵਾਂਗੇ ਇੱਕ ਬਾਬੇ ਨਾਨਕ ਦਾ ਸ਼ਬਦ ਬੜਾ ਪਿਆਰਾ ਹੈ ਸਤਗੁਰ ਨੇ ਉੱਥੇ ਕੀਮਤੀ ਗੱਲ ਕੀਤੀ ਕਿ بڑے ਲੋਕਾਂ ਨੇ ਕਿਹਾ ਮੈਂ ਰੱਬ ਦੀ ਕੀਮਤ ਪਾਲਾਂਗਾ ਮੈਂ ਰੱਬ ਦਾ ਅੰਤ ਪਾਲਾਂਗਾ ਪਰ ਉਹ ਹੀ ਗੱਲ ਭੁੱਲ ਗਏ ਕਿ ਨਾਨਕ ਅੰਤ ਨਾ ਅੰਤ ਕਿ ਵਾਹਿਗੁਰੂ ਤੇਰੀ ਕਿਸੇ ਵੀ ਚੀਜ਼ ਦਾ ਅੰਤ ਨਹੀਂ ਹੈ ਇੱਥੇ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਰੱਬ ਦਾ ਅੰਤ ਪਾਉਣ ਚੱਲਿਓ ਭਲਿਓ ਰੱਬ ਦੀ ਦਿੱਤੀ ਹੋਈਆਂ ਦਾਤਾ ਦੀ ਕਿਤੇ ਕੀਮਤ ਪਾ ਕੇ ਦਿਖਾ ਦਿਓ ਪਾਣੀ ਦੀ ਕੋਈ ਕੀਮਤ ਹੈ ਠੀਕ ਹੈ ਤੁਸੀਂ ਕਹੋਗੇ ਅੱਜ ਪਾਣੀ ਵੇਖਦਾ 20 ਰੁਪਏ ਪਿੰਡਾਰ ਪੇ 60 ਰੁਪਏ ਪਰ ਮਾਫ ਕਰਿਓ ਜੇ ਦੁਨੀਆ ਦੇ ਅੰਦਰ ਪਾਣੀ ਮੁੱਕ ਜਾਏ ਪਾਣੀ ਨਾ ਮਿਲੇ ਇੱਕ ਵੀ ਬੂੰਦ ਤੇ ਬੰਦਾ ਪਿਆਸਾ ਮਰਦਾ ਹੋਵੇ ਉਹਨੂੰ ਪਤਾ ਕਿ ਜੇ ਜੀਵਨ ਹੁਣ ਜੀਣਾ ਤੇ ਕੱਲਾ ਪਾਣੀ ਚਾਹੀਦਾ ਆ ਸਾਹ ਖਤਮ ਹੋ ਜਾਣਗੇ ਉਹ ਕਵੇ ਮੇਰੀ ਸਾਰੀ ਦੌਲਤ ਲੈ ਲਿਓ ਸਾਰਾ ਮੇਰਾ ਪੈਸਾ ਲੈ ਲਿਓ ਇੱਕ ਪਾਣੀ ਦੀ ਬੂੰਦ ਮੈਨੂੰ ਦੇ ਦਿਓ ਮੇਰਾ ਜੀਵਨ ਬਚ ਜਾਏਗਾ ਮੇਰੀ ਜ਼ਿੰਦਗੀ ਖਤਮ ਹੋਣ ਤੋਂ ਬਚ ਜਾਏਗੀ ਤੇ ਭਲੋ ਯਾਦ ਰੱਖਿਓ ਇੰਨੀ ਦੌਲਤ ਇੰਨੀ ਸ਼ੌਹਰਤ ਇੰਨਾ ਪੈਸਾ ਇੰਨਾ ਰੁਪਈਆ ਸਿਰਫ ਇੱਕ ਪਾਣੀ ਦੀ ਬੂੰਦ ਵਾਸਤੇ ਸਾਰਾ ਕੁਝ ਖਤਮ ਹੋ ਜਾਏਗਾ ਗੁਰਬਾਣੀ ਦਾ ਫੈਸਲਾ ਹੈ ਤੇਰਾ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ ਮਾਲਕ ਜੀ ਤੇਰੇ ਦਿੱਤੇ ਹੋਏ ਦਾਨ ਦੀ ਕੀਮਤ ਨਹੀਂ ਪਾਈ ਦਾ ਸਕਦੀ ਤੇਰੀ ਕੀਮਤ ਕਿੱਥੋਂ ਪਾ ਲਿਆਂਗੇ ਦੇਰੀ ਕੀ ਮੈਂ ਕਿੱਥੋਂ ਪਾ ਦਿਆਂਗੇ ਸਤਗੁਰ ਜੀ ਨੇ ਅੱਜ ਗੱਲ ਆਖੀ ਕਹਿੰਦੇ ਕੀਮਤ ਕਹਿਣ ਨਾ ਜਾਈ ਗਏ ਪਰਮੇਸ਼ਰ ਬੇਅੰਤ ਸਤਗੁਰ ਬਾਬਾ ਨਾਨਕ ਨੇ ਸ਼੍ਰੀ ਬਾਗ ਦੇ ਅੰਦਰ ਇੱਕ ਬੜੀ ਪਿਆਰੀ ਕਿਰਪਾ ਕੀਤੀ ਹੈ ਸਤਗੁਰ ਕਹਿੰਦੇ ਕੋਟ ਕੋਟੀ ਮੇਰੀ ਅਰਜ਼ਾ ਪਵਣ ਪੀਗਣ ਅਪਿਆਓ ਜੇ ਮੇਰੀ ਉਮਰ ਕਰੋੜਾ ਸਾਲ ਹੋ ਜਾਏ ਜੇ ਹਵਾ ਮੇਰਾ ਖਾਣ ਪੀਣ ਹੋਵੇ ਤੇ ਮੈਂ ਹਵਾ ਦੇ ਆਸਰੇ ਜੂ ਸਕਾਂ ਇੱਕ ਸਤਗੁਰ ਜੀ ਨੇ ਉਹਨਾਂ ਨੂੰ ਸਾਹਮਣੇ ਰੱਖਿਆ بڑے ਲੋਕ ਐਸੇ ਜੋਗੀ ਸਨ ਜਿਨ੍ਹਾਂ ਦੀ ਉਮਰਾਂ ਬਹੁਤ ਵੱਡੇ ਦਾ ਸਨ ਜਿਨ੍ਹਾਂ ਨੇ ਜਟਾ ਵਧਾ ਲੀਆ ਉਮਰਾ ਵਧਾ ਲੀਆਂ ਰੋਟੀ ਪਾਣੀ ਉਹਨਾਂ ਨੇ ਖਾਣਾ ਪੀਣਾ ਬੰਦ ਕਰ ਦਿੱਤਾ ਬਸ ਹਵਾ ਦੇ ਸਹਾਰੇ ਜੀ ਲੱਗ ਪਏ ਸਤਿਗੁਰ ਉਹਨਾਂ ਦੀ ਗੱਲ ਕਰਦੇ ਆ ਕਹਿੰਦੇ ਚੰਦ ਸੂਰਜ ਦੋਏ ਗੁਫਾ ਇਹ ਨਾ ਦੇਖਾ ਸੁਪਨੇ ਸੌਣ ਨਾ ਥਾਓ ਮੈਂ ਕਿਸੇ ਗੁਫਾ ਅੰਦਰ ਬੈਠ ਕੇ ਬੈਜਮਾ ਗੁਫਾ ਦੇ ਅੰਦਰ ਤੇ ਚੰਦ ਅਤੇ ਸੂਰਜ ਦੋਵਾਂ ਨੂੰ ਕਦੇ ਨਾ ਵੇਖਾਂ ਕਹਿੰਦਾ ਭਾਵਾ ਕਿਸੇ ਮੈਂ ਗੁਫਾ ਦੇ ਅੰਦਰ ਬੈਠ ਜਾਮਾ ਕਾਲ ਕੋਠੜੀ ਅੰਦਰ ਬੈਠ ਜਾ ਨਾ ਮੈਂ ਰਾਤ ਨੂੰ ਬਾਹਰ ਨਿਕਲਣਾ ਨਾ ਮੈਂ ਦਿਨੇ ਬਾਹਰ ਨਿਕਲਣਾ ਦਿਨੇ ਬਾਹਰ ਨਿਕਲਾਂਗਾ ਤੇ ਸੂਰਜ ਦਿਸੇਗਾ ਰਾਤ ਨੂੰ ਬਾਹਰ ਨਿਕਲਾਂਗਾ ਤੇ ਚੰਦਰਮਾ ਦਿਸਣਗੇ ਕਮਾਲ ਦੀ ਗੱਲ ਹੈ ਮੈਂ ਗੁਫਾ ਦੇ ਅੰਦਰੇ ਸਮਾਦੀ ਲਾ ਕੇ ਬੈਠਾ ਰਹਾ ਮਾ ਨਾ ਮੈਂ ਦਿਨੇ ਬਾਹਰ ਆਮਾ ਨਾ ਮੈਂ ਰਾਤੀ ਬਾਹਰ ਆਮਾ ਤੇ ਨਾ ਮੈਂ ਸੂਰਜ ਦੇਖਾਂ ਤੇ ਨਾ ਮੈਂ ਚੰਦ ਦੇਖਾਂ ਤੇ ਭੱਲੋ ਸਮਾਧੀ ਲਾ ਕੇ ਬੈਠਾ ਰਮਾ ਜੇ ਸੁਪਨੇ ਵਿੱਚ ਵੀ ਸੌਣ ਦੀ ਥਾਂ ਨਾ ਮਿਲੇ ਤੇ ਮੈਂ ਕਦੇ ਵੀ ਨਾ ਸੌ ਸਕਾਂ ਮੈਂ ਕਦੇ ਵੀ ਨਾ ਸੋਵਾਂ ਐਡੀ ਅਡੋਲ ਸਮਾਧੀ ਲਾ ਕੇ ਬੈਹਿ ਜਮਾ ਸਤਿਗੁਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਕੋਟ ਕੋਟੀ ਮੇਰੀ ਆਰ ਦਾ ਪਪਨ ਪੀਨ ਅਪਿਆਓ ਚੰਦ ਸੂਰਜ ਦੇ ਕੋਫੇ ਨਾ ਦੇਖਾ ਸੁਪਨੇ ਸੌ ਨਾ ਥਾਉਂ ਭੀ ਤੇਰੀ ਕੀਮਤ ਨਾ ਪਵੈ ਹਉ ਕੇ ਵੜਾ ਅੱਖਾਂ ਨਾਲੇ हे ਮੇਰੇ ਮਾਲਕ ਜੀਓ ਇਸ ਤਰ੍ਹਾਂ ਵੀ ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ ਇਸ ਤਰ੍ਹਾਂ ਵੀ ਤੇਰੀ ਕੀਮਤ ਨਹੀਂ ਦੱਸੀ ਜਾ ਸਕਦੀ ਮੈਂ ਤੇਰੀ ਕਿਤਨੀ ਕੋ ਵਿੜਾਈ ਕਰਾਂ ਮੇਰੇ ਮਾਲਕ ਜੀ ਮੇਰੀ ਐਡੀ ਕੋਈ ਔਕਾਤ ਨਹੀਂ ਹੈ ਐਡਾ ਵੱਡਾ ਵੀ ਕੰਮ ਹੋ ਜਵੇ ਕਿ ਕਰੋੜਾ ਸਾਲ ਉਮਰ ਹੋ ਜਵੇ ਸਤਿਗੁਰ ਜੀਓ ਮੈਂ ਗੁਫਾ ਦੇ ਅੰਦਰ ਬੈਠ ਜਾਮਾ ਵੱਡੀਆਂ-ਵੱਡੀਆਂ ਸਮਾਧੀਆਂ ਲਾ ਕੇ ਅੱਖਾਂ ਮੈਨੂੰ ਗਿਆਨ ਮਿਲ ਜਾਏਗਾ ਸਤਿਗੁਰ ਕਹਿੰਦੇ ਇੰਨਾ ਗਿਆਨ ਵੀ ਮੇਰੇ ਕੋਲ ਆ ਜਾਵੇ ਤੇ ਸਤਿਗੁਰ ਜੀ ਕਹਿੰਦੇ ਹੇ ਪ੍ਰਮਾਤਮਾ ਵਾਹਿਗੁਰੂ ਤੇਰਾ ਕੋਈ ਥਾ ਨਹੀਂ ਪਾ ਸਕਦਾ ਤੇਰੀ ਕੋਈ ਕੀਮਤ ਨਹੀਂ ਪਾ ਸਕਦਾ ਸਤਗੁਰ ਜੀ ਨੇ ਰਹਾਉ ਦੀ ਪੰਕਤੀ ਜੇ ਬਖਸ਼ੀ ਕਿਤੀ ਸੀ ਕਿ ਕਨੇ ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣ ਆਖਣਾ ਜੇ ਭਾਵੇ ਕਰੇ ਤਮਾਏ ਹੇ ਮੇਰੇ ਮਾਲਕ ਜੀ ਕਿਰਪਾ ਕਰਦੇ ਨੇ ਸਦਾ ਕਾਇਮ ਰਹਿਣ ਵਾਲਾ ਇੱਕ ਆਕਾਰ ਪਰਮਾਤਮਾ ਵਾਹਿਗੁਰੂ ਜਿਹੜਾ ਕਿ ਆਕਾਰ ਤੋਂ ਰਹਿਤ ਹੈ ਆਪਣੇ ਵਿੱਚ ਟਿਕਿਆ ਹੋਇਆ ਉਸ ਨੂੰ ਕਿਸੇ ਹੋਰ ਦੇ ਆਸਰੇ ਦੀ ਮੁਤਾਜੀ ਨਹੀਂ ਹੈ ਐਸਾ ਵਾਹਿਗੁਰੂ ਤੇ ਮੇਰੇ ਮਾਲਕ ਜੀ ਨੇ ਅੱਗੇ ਦੂਜੀ ਉਦਾਹਰਣ ਦਿੱਤੀ ਸੀ ਕਿਹਨੇ ਕੁੱਸਾ ਕਟੀਆਂ ਵਾਰ-ਵਾਰ ਪੀਸਣ ਪੀਸਾ ਪਾਏ ਜੀ ਕਹਨੇ ਤਪ ਦੇ ਕਾਸਟ ਦੇ ਦੇ ਆਪਣੇ ਸਰੀਰ ਨੂੰ ਮੈਂ ਕੋਸਟਾਂ ਮੈਂ ਤਪ ਕਰਾਂ ਮੈਂ ਅੱਗ ਦੇ ਵਿੱਚ ਬਹਿ ਜਾਮਾ ਮੈਂ ਆਪਣੇ ਸਿਰ ਨੂੰ ਕਿਸੇ ਵਾਲਾਂ ਨੂੰ ਕਿਸੇ ਮੈਂ ਕਿਲੀ ਦੇ ਨਾਲ ਬਲਮ ਮੈਂ ਭੁੱਖਾ ਰਹਾ ਮੈਂ ਨੰਗੇ ਪੈਰੀ ਤੋੜਾ ਪਤਾ ਨਹੀਂ ਕਿੰਨੇ ਕੋ ਜਪ ਤਪ ਜਿਹੜੇ ਕਿ ਸਰੀਰ ਨੂੰ ਕਸ਼ਟ ਦੇਣ ਵਾਲੇ ਨੇ ਉਹ ਸਾਰੇ ਮੈਂ ਕਸ਼ਟ ਕਰਕੇ ਦੇਖਾ ਤੇ ਮੁੜ ਮੁੜ ਕੇ ਰੱਤਾ ਰੱਤਾ ਕੱਟ ਜਾ ਚੱਕੀ ਵਿੱਚ ਪਾ ਕੇ ਪੀ ਜਾ ਮੈਂ ਆਪਣੇ ਸਰੀਰ ਨੂੰ ਇੰਨੇ ਕਸ਼ਟ ਦਮਾ ਕਿ ਆਪਣੇ ਸਰੀਰ ਨੂੰ ਮੈਂ ਕੱਟ ਸੁਟਾਂ ਕੱਟ ਕੱਟ ਕੇ ਚੱਕੀ ਦੇ ਵਿੱਚ ਪਾਰਮਾ ਚੱਕੀ ਵਿੱਚ ਮੈਂ ਆਪਣੇ ਸ਼ਰੀਰ ਨੂੰ ਪਾ ਕੇ ਪੀ ਦਮਾ ਅੱਗੀ ਸੇਤੀ ਜਾਲੀਆ ਭਸਮ ਸੇਤੀ ਰਲ ਜਾਓ ਕਹਿੰਦੇ ਅਗ ਨਾਲ ਸਾੜ ਸੁੱਟਾ ਤੇ ਆਪਣੇ ਆਪ ਨੂੰ ਸਵਾ ਨਾਲ ਰੜਾ ਦਿਆਂ ਕਿੱਡੀ ਕਮਾਲ ਦੀ ਸਮਾਧੀ ਹੈ ਕਿ ਸਤ ਗੁਰੂ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਿ ਐਸੇ ਲੋਕਾਂ ਨੇ ਜਦੋਂ ਐਸਾ ਕੰਮ ਕੀਤਾ ਸੀ ਕਿਸੇ ਲੋਕਾਂ ਨੇ ਕਿ ਆਪਣੇ ਸ਼ਰੀਰ ਨੂੰ ਕਸ਼ਟ ਦਿੱਤੇ ਆਪਣੇ ਸਰੀਰ ਨੂੰ ਕੱਟ ਕੇ ਉਹਨਾਂ ਨੇ ਰੱਬ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਰੱਬ ਦੀ ਕੀਮਤ ਪਾਉਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਆਪਣੇ ਆਪ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਕਿਸੇ ਨੇ ਆਪਣੇ ਪਿੰਡੇ ਤੇ ਸਵਾਹ ਮੰਨ ਲਈਗਾ ਕਿ ਸਤਗੁਰ ਇੰਨਾ ਕੁਛ ਕਰਨ ਦੇ ਬਾਵਜੂਦ ਹੈ ਮੇਰੇ ਮਾਲਕ ਕਿਸੇ ਨੇ ਤੇਰਾ ਅੰਤ ਪਾ ਲਿਆ ਹੈ ਪ੍ਰਮਾਤਮਾ ਵਾਹਿਗੁਰੂ ਕਿ ਤੇਰਾ ਅੰਤ ਪੈ ਗਿਆ ਬਾਬਾ ਨਾਨਕ ਜੀ ਆਖਦੇ ਨੇ ਕਹਿੰਦੇ ਨਹੀਂ ਕੁਸਾ ਕੱਟੀਗਾ ਬਾਰ-ਬਾਰ ਪੀਸੜ ਪੀਸਾ ਪਾਏ ਅੱਗੀ ਸੇਤੀ ਜਾਲੀਆ ਭਸਮ ਸੇਤੀ ਰਲ ਜਾਓ ਭੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾਂ ਨਾਉ ਮਾਲਕ ਜੀ ਕਹਿੰਦੇ ਫੇਰ ਵੀ ਤੇਰੀ ਕੀਮਤ ਨਹੀਂ ਪਈ ਇੱਥੇ ਬੜੇ ਲੋਕਾਂ ਨੇ ਆਪਣੇ ਸ਼ਰੀਰ ਨੂੰ ਕਸ਼ਟ ਦਿੱਤੇ ਬੜੀਆਂ-ਬੜੀਆਂ ਸਮਾਧੀਆਂ ਲਾ ਲੀਂਗਾ ਪਰ 헤 ਵਾਏ ਗੁਰੂ ਪਰਮਾਤਮਾ ਤੇਰਾ ਅੰਤ ਨਾ ਕੋਈ ਪਾ ਸਕਿਆ ਸਤਗੁਰੂ ਬਾਬੇ ਨਾਨਕ ਨੇ ਕੀਮਤ ਦੀ ਗੱਲ ਕਰਦਿਆ ਇੱਕ ਹੋਰ ਬੜੀ ਪਿਆਰੀ ਉਦਾਹਰਣ ਦਿੱਤੀ ਹੈ ਸਤਗੁਰ ਆਖਦੇ ਨੇ ਕਹਿੰਦੇ ਪੰਖੀ ਹੋਏ ਕਾ ਜੇ ਪਵਾ ਸੈ ਆਸਮਾਨੀ ਜਾਉ ਨਦਰੀ ਕਿਸੇ ਨਾ ਆਵੋ ਨਾਕਸ਼ਪੀਗਾ ਨਖਾਉ ਹੁਣ ਇਹ ਵੀ ਇੱਕ ਭਲੋ ਸਮਾਧੀ ਦਾ ਹੀ ਪੱਖ ਹੈ ਤਰੀਏ